ਮੌਸਮ ਜਿੱਥੇ ਵੇਖੋ ਵੈ ਵਲਾ ਮੁੱਕਦੇ ਵੀ ਨੇ ਅਤਾਵਾਂ ਦੇ ਮੌਸਮ ਬਰਾਏ ਮਿਹਰਬਾਨੀ ਦੋਨੇ ਟੀਮਾਂ ਕੇ ਮਿੱਟੀ ਉੱਤੇ ਲੇਟਣਾ ਜਾ ਕੇ ਘਰ ਨੂੰ ਮੁੜਨਾ ਥੱਕ ਥਕਾ ਕੇ ਕੌੜੀਆਂ ਲੱਗਣ ਸਿਆਣੀਆਂ ਮੱਤਾਂ तमाम साथी मुबारकबाद गुलशन अली क्रिकेट क्लब की तरफों जो आदमी है इन्हें नीचे बैठने का तरला करो पैंटा पाई जीन दिया यार पैंटा पा दो क्यों आ गए थले नहीं बैठे जाता अपने भाइयों अपने चाचा अज की इस खूबसूरत कबड्डी ग्राउंड वेलकम कहते हुए बहुत मेहरबानी बहुत शुक्रिया क्या बात है आदम खान पठान अगर कोई ठंड लग रही है तो हमें बताओ जनाब ताड़ी मार दे करी ताड़िया मारो ताड़िया ताड़िया मार दे जी जितो जितो लंघ रहे ताड़ी मार के साईवाल जिले का बड़ा वड्डा नाम इस वे ग्राउंड जिहड़ा बिल्कुल स्टेडियम की शक्ल तैयार कर चुकी है मेहरबानी जनाब साढ़े आज के उच्चे उच्चे प्रौने जिंदा दिलाने साहिवाल जिंदा दिलाने सदासी नौ एल ने जेड़े मेहमानों मजू गीतों में मनाण दे उन्हों का नाम है जनाब चौधरी आसफ अली अंजम फाम वाले अज अपने बच्चों के वालों जनाब ये खूबसूरत जेड़े तोहफे वसूल करते हुए साढ़े उच्चे उच्चे प्रौने चौधरी आसफ अली अंजम फाम वाले मेहरबानी जिन्हें भी आए ने सब का शुक्रिया मेहरबानी राणे जी के पुत्र आउटर जनाब मुदस्तर संतों तक हौली हौली बहुत ही चले मेहमान कोई रौला नहीं टूने वाला कितने जी टूने वाला भाई जान जिते भी है वो अपना रबता करेगी इस्लामी कमेटी साढ़े उसे प्रौने मुख्य मेहमान चौधरी कला जनाब साढ़े चौधरी आसफ अली अंजम फाम वाले उम्मीदवार बनाए जिले चेयरमैन जिला साहिवाल आओ जनाब 555 नंबर वाले पठान उम्मीदवार बनाए जिला चेयरमैन जिला साहिवाल
ਸਹੀਵਾਲ ਦਾ ਬੜਾ ਅਜ਼ੀਮ ਨਾਮ ਅਜ਼ੀਮ ਸ਼ਖਸੀਅਤ ਔਰ 555 ਨਸਵਾਰ ਵਾਲੇ ਉਹ ਮੈਂ ਸਦਕੇ ਜਾਵਾਂ ਕੀ ਬਣ ਗਿਆ ਸਾਡੇ ਪਿੰਡ ਵੀ ਜਾਂਦੀ ਨਾ ਨਸਵਾਰ ਕੁੱਤੇ ਮਹਿਮੂਦ ਆਲਮ ਜਨਰਲ ਕੌਂਸਲਰ ਔਰ ਬਾਜਵਾ ਸਾਹਿਬ ਲਓ ਜੀ ਰੇਡ ਦੇ ਉੱਪਰ ਨੌਜਵਾਨ ਪਹਿਲੀ ਰੇਡ ਦੇ ਉੱਪਰ ਨੌਜਵਾਨ ਦਾ ਨਾਂ ਹੈ ਆਬਦ ਪੱਲਾ ਖੇਡ ਮੈਦਾਨ ਦੇ ਵਿੱਚ ਪਈ ਹੋਈ ਰੇਡ ਆਬਦ ਪੱਲੇ ਦੀ ਹੱਥ ਲਾਇਆ ਵਾਪਸ ਜਾਂਦਾ ਹੋਇਆ ਆਪਣਾ ਸੁਨਿਆਰੇ ਦੇ ਨਾਲ ਟੱਕਰ ਹੋਈ ਹੈ ਪਹਿਲਾ ਪੁਆਇੰਟ ਜੋ ਹੈ ਇਸ ਸਮੇਂ ਮੁਜ਼ੱਮਲ ਮੁਨਸ਼ੀ ਦੀ ਟੀਮ ਵਾਸਤੇ ਜੋੜ ਦਿੱਤਾ ਗੱਭਰੂ ਨੇ ਰੇਡਰ ਅੱਗੇ ਵਧੇਗਾ ਮੁਹੰਮਦ ਆਰਫ ਸਿਆਲ ਅੱਗੇ ਵੱਧ ਕੇ ਬਲਾਲ ਜੋੜੇ ਨੂੰ ਹੱਥ ਲਾਇਆ ਔਰ ਬਾਸ ਜਾਂਦਾ ਹੋਇਆ ਆਰਫ ਸਿਆਲ ਉਸਤਾਦ ਅਮੀਨ ਸਗਰਾ ਸਾਹਿਬ ਦੀਆਂ ਮਿਹਨਤਾਂ ਨਜ਼ਰ ਆਈਆਂ ਨੇ ਇਸ ਜਵਾਨ ਦੇ ਵਿੱਚ ਲਓ ਅਲੀ ਪਾਏਗਾ ਕਬੱਡੀ ਮੁਜ਼ੱਮਲ ਮੁਨਸ਼ੀ ਔਰ ਇੱਕ ਬੰਨੇ ਟੀਮ ਹੈ ਸਹੀਵਾਲ ਔਰ ਚੀਚਾ ਵਦਰੀ ਦੀਆਂ ਟੀਮਾਂ ਦੇ ਵਿਚਕਾਰ ਹੋਣ ਵਾਲਾ ਹੁੰਦਾ ਹੈ ਮੁਕਾਬਲਾ ਕਿ ਜੱਗ ਕਰਤਾ ਇਹ ਧਿਰਾਂ ਦੇ ਸੌਤੇ ਇਹ ਕਰਦੇ ਨੇ ਸਿਰਾਂ ਦੇ ਸੌਤੇ ਲਓ ਲੱਗਾ ਜੱਪਾ ਪਰ ਅਲੀ ਆਓ ਜਾਂਦਾ ਹੈ ਗੱਭਰੂ ਛਾਲ ਮਾਰ ਕੇ ਨੌਜਵਾਨ ਜੀ ਕਬੱਡੀ ਪਾ ਰਿਹਾ ਨੌਜਵਾਨ ਫਿਰ ਜੀ ਸਾਹਿਬ ਆਪਣਾ ਚਿਸ਼ਤੀ ਚੀਚਾ ਬਦਰੀ ਵੱਲੋਂ ਰੇਡ ਦੇ ਉੱਪਰ ਆਇਆ ਕਹਿੰਦੇ ਨੌਜਵਾਨ ਦਾ ਨਾਂ ਹੈ ਖਾਦਮ ਖਾਨ ਪਠਾਨ ਸਾਹਿਬਾਨ ਵੱਲੋਂ ਜੀ ਖਾਦਮ ਖਾਨ ਪਠਾਨ ਜੀ ਲਓ ਉੱਧਰ ਕਿੰਨੇ ਹੀ ਪੈ ਗਏ ਮੁਦੱਸਰ ਸੰਧੂ ਜੱਟਾਂ ਦਾ ਪੁੱਤ ਚੜ ਗਿਆ ਮਗਰ ਪੱਲੇ ਦੇ ਪਰ ਪੱਲੇ ਦੇ ਫੜਾ ਉਹ ਤੇਰੇ ਸਨ ਵੀ ਲੱਗੇ ਕਾਇਣ ਜਾਪੀ ਦਾ ਹੋਇਆ ਆਬਦ ਪੱਲੇ ਨੇ ਬਿਲਕੁਲ ਨਿਗਾਹ ਨਹੀਂ ਕੀਤੀ ਔਰ ਬੰਦੇ ਖੜਿਆਂ ਨੂੰ ਸਮਝਿਆ ਕਿ ਬਗੈਰ ਪੈਸਾ ਲੱਗਣ ਤੋਂ ਚੇਅਰਮੈਨ ਬਣੇ ਨੇ ਅੱਲਾ ਦੀ ਰਹਿਮਤ ਦੇ ਨਾਲ ਅੱਜ ਕਬੱਡੀ ਵਾਸਤੇ ਆਏ ਹੋਏ ਸਾਡੇ ਸਟੇਜ ਦੀ ਜ਼ੀਨਤ ਬਣੇ ਨੇ ਰੇਡਰ ਦਾ ਨਾਂ ਫਿਰ ਜੀ ਅੱਗੇ ਵੱਧ ਕੇ ਅਲੀ ਨੌਜਵਾਨ ਦਾ ਨਾਂ ਹੈ ਚੌਧਰੀ ਸਫਲੀ ਅੰਜਪਾਮ ਵਾਲੇ ਅਲੀ ਆਪਸ ਸਾਗਰ ਕੋਸ਼ਿਸ਼ ਕਰ ਰਹੇ ਨੌਜਵਾਨ ਮੇਰੀ ਹੌਸਲਾ ਵਧਾਈ ਔਰ ਅਦਲ ਜੀ ਉਧਰੋਂ ਲੈਣਾ ਮੇਰੇ ਕੋਲ ਲੈਣਾ ਮੈਂ ਤੇ ਆਪ ਲੈਣਾ ਵਾ ਇੱਧਰ ਇੱਧਰ ਆਓ ਨਾ ਉੱਤੇ ਉੱਤੇ ਆਓ ਉਹਦਾ ਬਹੁਤ ਬੜਾ ਫਰਮ ਦਾ ਮਾਲਕ ਬੈਠੀ ਹੈ ਹਾਂਜੀ ਚੌਕਾ ਖਾਨ ਪਠਾਨ 500 ਰੁਪਈਆ ਜਨਾਬ ਇੱਧਰ ਫੜੋ ਉਧਰੋਂ ਅੱਛਾ ਜੀ ਉਹ 2000 ਰੁਪਈਆ ਤੇਰੀ ਹੌਸਲਾ ਵਧਾਈ ਉਹਨਾਂ ਕੇ ਘਰ ਦੇ ਘਰ ਜਾਣੇ ਨੇ ਥੋੜ੍ਹਾ ਜਿਹਾ ਖੋਲਿਆ ਤੇ ਕਦਮ ਨਿਕਲ ਆਉਣਾ ਮੁੰਡਾ ਲਓ ਜੀ ਕਬੱਡਰ ਫਿਰ ਪਾਵੇਗਾ ਰੇਡ ਕੌਣ ਹੈ ਨੌਜਵਾਨ ਆਰਫ ਸਿਆਲ ਆਰਫ ਸਿਆਲ ਪਾਕਿਸਤਾਨ ਵਾਪਸ ਦੇ ਨਾਲ ਤਲਕ ਹੈ ਨੌਜਵਾਨ ਦਾ ਲਓ ਅਲੀ ਚੌੜਾ ਆਰਫ ਸਿਆਲ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਬਾਲ ਚਾਹੁੰਦਾ ਹੋਇਆ ਅਮੀਰ ਸੰਗਰਾ ਸਾਹਿਬ ਪਿੱਛੇ ਵੇਖੋ ਬੰਦੇ ਥੱਲੇ ਬਿਠਾਓ ਅਰਸ਼ਾਦ ਕਬੱਡੀ ਪਾ ਰਿਹਾ ਮੁਹੰਮਦ ਅਰਸ਼ਾਦ ਜੀ ਅੱਛਾ ਜੀ ਮੁਹੰਮਦ ਅਰਸ਼ਾਦ ਕਬੱਡੀ ਪਾ ਰਿਹਾ ਨੌਜਵਾਨ ਇਸ ਸਮੇਂ ਅੱਗੇ ਵੱਧ ਕੇ ਲਓ ਮੁਜ਼ੱਮਲ ਮੁਰਸ਼ੀ ਦੇ ਨਾਲ ਟੱਕਰ ਹੋ ਗਈ ਹੈ ਮੁਕਾਬਲਾ ਸਖਤ ਹੈ ਧੱਕੇ ਵੱਜਦੇ ਹੋਏ ਮੁੰਡੇ ਨੇ ਬਾਹਰ ਸਿੱਟਿਆ ਪੁਆਇੰਟ ਜਾਪੀ ਦਾ ਮੁਜ਼ੱਮਲ ਮੁਰਸ਼ੀ ਬਿਲਕੁਲ ਵੇਰੇ ਹਾਏ 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 ਵੇਰਾ ਚੱਕ
ਫੈਸਲੇ ਅੱਗੇ ਵੱਧ ਕੇ ਨਵੀਸੇ ਦੇ ਵਿੱਚ ਜੋੜ ਦਿੱਤਾ ਹੈ। ਇਹਨੇ ਮੁਨੰਮਰ ਮੁਰਸ਼ੀ ਨਾ ਹੈ, ਤਗੜਾ ਜੱਪਾ ਕੀਤਾ ਜੀ। ਰੇਡਰ ਫਿਰ ਪਾਵੇਗਾ, ਕੌਣ ਜਾਏਗਾ ਰੇਡ ਦੇ ਉੱਪਰ? ਆਬਦ ਪੱਲੇ, ਆਬਦ ਪੱਲੇ ਦੀ ਪਈ ਹੋਈ ਕਬੱਡੀ, ਆਬਦ ਪੱਲਾ ਨਿਕਲ ਕੇ ਲੱਗਿਆ ਨੌਜਵਾਨ। ਕਹਿੰਦੇ ਨਾ ਹੈ ਉਸਮਾਨ ਸੁਨਿਆਰਾ, ਮਹਿਮੂਦ ਸਾਹਿਬ, ਮਹਿਮੂਦ ਸਾਹਿਬ ਬੜਾ ਮਿਹਰਬਾਨੀ ਸਟੇਜ ਤੇ ਆਉਣ। ਯਾਰ ਕੋਈ ਗੱਲ ਨੀ, ਲਾਈ ਤਾਂ ਦਿੰਦੀ ਹੈ। ਇਸ ਧਰਤੀ ਦੀ ਕੁੱਖ ਸਲੱਕੜੀ ਚੋ ਚੰਮਣ ਸ਼ੀ ਦੇ ਬੜੇ ਭਲਵਾਨ ਕਹੂੰਗੀ। ਆਹ ਦੇਖੋ, ਆ ਜਾਂਦਾ ਯਾਰ ਸਿਆਲ, ਨੌਜਵਾਨ ਬਿਲਕੁਲ ਹਰੀਆਂ ਘੋੜੇ ਦੀ ਤਰ੍ਹਾਂ ਜਾਂਦਾ ਹੋਇਆ ਗਬਰੂ ਪੁਆਇੰਟ ਲੈਣ ਦੇ ਵਿੱਚ ਕਾਮਯਾਬ ਹੋਇਆ। ਇੱਕ ਅੰਕ ਦਾ ਵਾਧਾ ਹੋਇਆ, ਅਲੀ ਕਬੱਡੀ ਪਾਵੇਗਾ ਸਾਹੀਵਾਲ ਜ਼ਿਲ੍ਹੇ ਵੱਲੋਂ। ਅਲੀ ਦੀ ਪਾਈ ਹੋਈ ਰੇਡ ਆਪਾਂ ਦੇਖ ਰਹੇ ਹਾਂ। ਚਾਰ ਜਾਪੀ ਦੇ ਸਾਹਮਣੇ ਇੱਕ ਬਣੇ ਸੁਨਿਆਰਾ ਅਰਬਾਨ ਲੰਮਾ ਔਰ ਨਾਲ ਹੀ ਮੁਦੱਸਰ ਸੰਧੂ, ਜਿਹਦੇ ਨਾਲ ਟੱਕਰ ਹੋਈ ਹੈ। ਡਬਲ ਟੱਚ ਦਾ ਇਸ਼ਾਰਾ ਹੋਇਆ ਔਰ ਪੁਆਇੰਟ ਨੌਜਵਾਨ ਖਾਨ ਪਠਾਨ 555 ਨਸਵਾਰ ਵਾਲੇ ਪਠਾਣਾਂ ਨੂੰ 2000 ਰੁਪਈਆ ਦੇਣ ਵਾਲੇ, ਸ਼ੁਕਰੀਆ ਮਿਹਰਬਾਨੀ। ਆਹ ਦੇਖ ਤੂੰ, ਹਲੇ ਆਬਦ ਚੌੜਾ, ਅਲੀ ਚੌੜਾ, ਅਲੀ ਚੌੜਾ, ਖਾਨ ਪਠਾਨ ਕਿਆ ਬਾਤ ਹੈ, ਪਠਾਨ ਨੇ ਕਮਾਲ ਕਰ ਦੀ ਹੈ। ਚੌਧਰੀ ਆਸਫ ਅਲੀ ਅੰਜਮ ਪੰਪ ਵਾਲੇ ਉਮੀਦਵਾਰ ਪ੍ਰਾਈਜ਼ ਲਈ ਚੇਅਰਮੈਨ ਚੌਧਰੀ ਸ਼ਾਹਿਦ ਇਕਬਾਲ ਜੱਟ ਸਾਹਿਬ ਵੱਲੋਂ ਇੱਕ ਵਾਰੀ ਫਿਰ 2000 ਰੁਪਈਏ ਦਾ ਮਾਨ ਸਨਮਾਨ, 2000 ਰੁਪਈਆ ਹੋਰ ਸਫਾਈ। ਸ਼ੁਕਰੀਆ ਮਿਹਰਬਾਨੀ ਜਨਾਬ, ਬਾਜੀ ਬਸ ਬਸ ਸਾਹਮਣੇ ਜੀ, ਸਾਹਮਣੇ ਹੱਥ ਲੱਗੀ ਹੋਈ ਹੈ। ਮੁੰਡੇ ਨੂੰ ਅੱਲਾ ਜ਼ਿੰਦਗੀ ਦੇਵੇ, ਅੱਲਾ ਬਰਕਤ ਦੇਵੇ ਜਵਾਨਾਂ ਨੂੰ, ਮਾਰ ਜਵਾਨੀ ਦਾ ਜੀ। ਚੰਗੀ ਮਿੱਟੀ ਚੋਂ ਆਉਂਦੀ ਖੁਸ਼ਬੂ ਚੰਗੀ, ਚੰਗੀ ਧਰਤੀ ਚੋਂ ਉਗਦੀ ਫਸਲ ਚੰਗੀ, ਕਦੀ ਉਹਨਾਂ ਤੇ ਨਹੀਂ ਜ਼ਵਾਲ ਹੁੰਦੇ ਜਿੰਨਾ ਕੌਮਾਂ ਦੀ ਹੁੰਦੀ ਹੈ ਨਸਲ ਚੰਗੀ, ਜਿੰਨਾ ਕੌਮਾਂ ਦੀ ਹੁੰਦੀ ਹੈ ਨਸਲ ਚੰਗੀ। ਵੱਡਾ ਮੈਚ, ਵੱਡੀ ਦੁਨੀਆ ਦੇਖਣ ਵਾਲੀ 87 ਨੌਵਲ ਦੀ ਧਰਤੀ ਦੇ ਉੱਤੇ ਕਪਤਾਨ ਕੌਮੀ ਕਬੱਡੀ ਟੀਮ ਸ਼ਫੀਕ ਚਿਸ਼ਤੀ ਦਾ ਜੰਮਣ ਕੋਈ ਅਫਜ਼ਾਈ। ਸ਼ੁਕਰੀਆ ਮਿਹਰਬਾਨੀ ਜੀ। ਰੇਡਰ ਫਿਰ ਪਾਵੇਗਾ ਕਬੱਡੀ, ਕਹਿੰਦੇ ਅਲੀ ਭਾਈ ਰੇਡ ਦੇ ਉੱਪਰ ਗਿਆ ਜੀ। ਅਲੀ ਅਲੀ ਆਇਆ ਜੀ, ਇੱਕ ਵਾਰੀ ਜਿਹਨੂੰ ਅਲੀ ਨਾਲ ਪਿਆਰ ਹੈ ਤਾੜੀ ਮਾਰੋ, ਅਲੀ ਨਾਲ ਪਿਆਰ ਕਰਨ ਵਾਲੇ। ਲੋ ਸਾਰੇ ਜਹਾਨ ਤੋਂ ਵੱਖਰੀ ਏ, ਦੀਵੇ ਸੱਪਾਂ ਦੇ ਸਿਰਾਂ ਤੇ ਜੱਗਿਆਂ ਦੀ, ਭੈੜੀ ਨਜ਼ਰ ਤੋਂ ਰੱਖੀ ਬਚਾ ਕੇ ਤੇ, ਰੱਬਾ ਖੈਰ ਮੇਰੇ ਸ਼ੇਰਾਂ ਬੱਗਿਆਂ ਦੀ, ਰੱਬਾ ਖੈਰ ਮੇਰੇ ਸ਼ੇਰਾਂ ਬੱਗਿਆਂ ਦੀ। ਅਰਮਾਨ ਨੇ ਕੋਸ਼ਿਸ਼ ਕੀਤੀ ਉਂਗਲੀ ਖੜੀ ਕਰਕੇ ਅਲੀ ਸਾਹਿਵਾਲ ਵਾਸਤੇ ਇੱਕ ਪੁਆਇੰਟ ਦਾ ਵਾਅਦਾ ਕਰਦਾ। ਲਓ ਜੀ, ਟਾਈਮ ਆਊਟ ਲਿਆ ਗਿਆ, ਟਾਈਮ ਆਊਟ ਲਿਆ ਗਿਆ ਸਾਹਮਣੇ ਕੱਪੜਿਆਂ ਦੇ। ਲਓ ਜੀ, ਕਮਾਂਡਰ ਦਾ ਨਾਮ ਫਿਰ ਕੌਣ ਹੈ ਜੀ? ਕਹਿੰਦੇ ਨਾ ਖਾਦਮ ਖਾਨ ਪਠਾਨ, ਪਾਕਿਸਤਾਨ ਵਾਗਦਾ ਮੁਲਤਾਨ ਟੀਮ ਦੇ ਵੱਲੋਂ ਖੇਡਣ ਵਾਲਾ ਗੱਭਰੂ ਕੋਚ ਜਿਹੜੇ ਨੇ ਉੱਤੇ ਬੈਠੇ ਨੇ ਸ਼ਾਹਿਦ ਇਕਬਾਲ ਜੱਟ ਸਾਹਿਬ, ਔਰ ਸਾਹਮਣੇ ਵੀ ਬੜੇ ਬੜੇ ਮੁੰਡੇ। ਲੋ ਬਾਪ ਜਾਣਾ ਲੱਗਾ ਬਾ ਗੱਭਰੂਆ, ਇਹ ਕਹਿੰਦੇ ਮੁਜ਼ੰਮਲ ਮੁਨਸ਼ੀ ਖਾਦਮ ਖਾਨ ਪਠਾਨ ਬੋਲੋ। ਓਏ ਹਾਏ, ਤਾੜੀ ਮਾਰ ਦੇ ਕੋਈ। ਓ ਜੀ ਗੱਭਰੂ, ਆਓ ਤਾਂ ਮੈਂ ਗੱਲ ਕੀਤੀ, ਆ ਪਿੱਛੇ ਦੇ ਲੈ। ਓ ਨਵੀਨ ਜੱਟ ਸਾਹਿਬ, ਤੁਹਾਡੀ ਮਿਹਰਬਾਨੀ ਕਰੇ ਕਰਦੇ ਹੋਏ ਜਨਾਬ ਚੌਧਰੀ ਆਸਫ ਅਲੀ ਅੰਜਮ ਪੰਪ ਵਾਲੇ ਜ਼ਿਲ੍ਹਾ ਮੁਕਾਬਲਾ ਚੇਅਰਮੈਨ, ਸ਼ੁਕਰੀਆ ਮਿਹਰਬਾਨੀ ਚੌਧਰੀ ਆਸਫ ਸਾਹਿਬ ਵੱਲੋਂ ਮੇਰੀ ਹੌਸਲਾ ਮਿਹਰਬਾਨੀ ਜੀ, ਸ਼ੁਕਰੀਆ ਅਦਾ ਕਰ ਰਿਹਾ ਚੌਧਰੀ ਆਸਫ ਸਾਹਿਬ ਵੱਲੋਂ। ਇੱਕ ਵਾਰੀ ਫਿਰ 300 ਰੁਪਈਆ ਮੇਰੀ ਹੌਸਲਾ ਅਫਜ਼ਾਈ। ਕਮਾਂਡਰ ਦਾ ਨਾਂ ਹੈ ਜੀ, ਨੌਜਵਾਨ ਰੇਡ ਦੇ ਉੱਪਰ ਗਿਆ, ਕਹਿੰਦੇ ਆਰਫ ਸਿਆਲ 56 GD ਮੁਲਤਾ, ਜ਼ਿਲ੍ਹਾ ਸਾਹੀਵਾਲ ਦਾ ਵੱਡਾ ਨਾਮ ਹੈ। ਔਰ ਆਬਦ ਚੌੜੇ ਦੇ ਛੋਟੇ ਭਾਈ ਦੇ ਨਾਲ ਬਲਾਲ ਚੌੜੇ ਦੇ ਨਾਲ ਟੱਕਰ ਹੋਈ ਹੈ। ਨਾਸਰ ਭੱਟੀ ਸਾਹਿਬ ਨਜ਼ਰ ਨਹੀਂ ਆ ਰਿਹਾ, ਰਾਣਾ ਸ਼ਬਾਜ਼ ਸਾਹਿਬ, ਔਰ ਆਓ ਦੇਖੋ ਤੁਸੀਂ ਨਾਲ ਹੀ ਡਾਕਟਰ ਔਰੰਗਜ਼ੇਬ ਗੁੱਜਰ ਸਾਹਿਬ ਨਜ਼ਾਰਾ ਮਾਣਦੇ ਹੋਏ। ਰੇਡਰ ਦਾ ਨਾਂ ਫਿਰ ਜੀ ਅੱਗੇ ਵੱਧ ਕੇ ਅਲੀ ਭਾਈ, ਅਲੀ ਰੇਡ ਦੇ ਉੱਪਰ ਚਾਰ ਜਾਪੀ ਨੇ ਇੱਕ ਵਾਰ ਲਓ ਸਾਹਮਣੇ ਅਰਬਾਨ ਲੰਬਾ, ਕਹਿੰਦੇ ਅਰਬਾਨ ਦੂਰੋਂ ਲੱਗਾ ਹੋਇਆ ਕੁਛ ਕਰਨ ਦੀ ਕੋਸ਼ਿਸ਼ ਕੀਤੀ, ਮੁੰਡਾ ਛਾਲ ਦਾ ਪਰਛਾਲਾ ਮਾਰਦਾ ਹੋਇਆ ਇੱਕ ਪੁਆਇੰਟ ਦਾ ਵਾਅਦਾ ਕਰਦਾ ਹੈ। ਕਿਉਂਕਿ ਅੱਜ ਦੀ ਖੇਡ ਨਹੀਂ ਵਿਹਲੀ ਆਵੇ, ਇਹ ਤਾਂ ਮੁੱਢ ਕਦੀਮ ਦੀ ਖੇਡ ਹੈਗੀ, ਲੋਕ ਖੇਡਾਂ ਦੇ ਸਿਰ ਦੀ ਤਾਜ ਨਾਲੇ ਧਰਤੀ ਪਾਕ ਅਜ਼ੀਮ ਦੀ ਖੇਡ ਹੈਗੀ, ਧਰਤੀ ਪਾਕ ਅਜ਼ੀਮ ਦੀ ਖੇਡ ਹੈਗੀ। ਮੁਜ਼ੰਮਲ ਮੁਨਸ਼ੀ ਛੋਟੀ ਗੱਡੀ, ਮੁਜ਼ੰਮਲ ਮੁਨਸ਼ੀ ਕੀਤੀ, ਅੱਜ ਫਿਰ ਹੌਸਲਾ ਅਫਜ਼ਾਈ ਕਰਦੇ ਹੋਏ 1000 ਰੁਪਏ ਦਾ ਮਾਨ ਸਨਮਾਨ, ਸ਼ੁਕਰੀਆ ਮਿਹਰਬਾਨੀ ਜੀ। ਰੇਡਰ ਪਾਏਗਾ ਨੌਜਵਾਨ ਆਬਦ ਪੱਲਾ, ਆਬਦ ਚੌੜਾ, ਚੌੜਾ ਬਰਾਦਰਾਂ 13-11 ਦੀ ਧਰਤੀ ਹੈ, ਉਸਮਾਨ ਸੁਨਿਆਰਾ ਲੱਗਾ, ਉਸਮਾਨ ਸੁਨਿਆਰਾ, ਆਬਦ ਪੱਲਾ ਬਾਅਦ ਚੱਲਦਾ ਹੋਇਆ ਪੁਆਇੰਟ ਕੁੱਤੀਆਂ ਦੇ ਉੱਤੇ ਆਰਾਮ ਦੇ ਨਾਲ ਇੱਕ ਅੰਕ ਦਾ ਵਾਧਾ ਕੀਤਾ। ਚੱਲ
नशा लिया अज 15 दिसंबर की रात साडे ओ बच्चे भी सानू चेता हो गए ने जेडे 16 दिसंबर नू शहीद होए मालक उहनां दे मापिआं नू सबरों दी वीर अता फरमाए बच्चे मसूम हुंदे ने पुत्तर सांझे हुंदे ने तीआं सांझी हुंदीआं ने साडी अपनत सांझी साडा इखलास सांझा साडा प्यार सांझा असीं सारे सांझे आ असीं प्यार करन वाले जी आरफ सियाल 500 रुपया उन्हें वास्ते नईम उल हसन साहब हसन करियाना वाले उन्होंने वालों 500 रुपया जी हाय कमला जप्पा अगर जप्पा लग जाए तो शाह साहब इनाम मजबूत करने वास्ते मुझे सदा जाएगा आरफ सियाल का 500 रुपया साढ़े को पहुंच जाए उस्ताद अमीन सरगा साहब लो जी कबड्डी फिर पावेगा नौजवान कौन जी खादम खान पठान अख्तर खान पठान का डबल हाथ का इशारा दो बंदे मगर चढ़ गए उन्होंने क्या अल्लाह करे कोई पठाना मेरे बारे भी हिसाब लगे कि की करना है लो जी रेडो का ना फिर भाई जी थले बह जाओ समुंदर खान अरपान जी अरपान हाफस सागर हाफस सागर बहुत अच्छे जी हाफस सागर पठान आमद पन्ना जो है वो रेडो का ना है और सागर आपस आए है आपस सागर परे और आमना है जी और तेरे मगर बिल्लू पहलवान इनाम मिलते हुए चौधरी महमूद आलम साहब चौधरी शौकत जाट साहब 5 दिन तो बढ़िया खिदमात बड़ी आवाम नु एंटरटेनमेंट दी शुक्रिया अदा कर दे जनाब और उस्मान पैसे इकट्ठे करके दियो जी हाँ जी लो जी आरफ सियाल के लिए पार करता पैर और मुंडा छाला मारता होया आरफ तेरा 500 रुपये चलाओ जी आरफ भाई चलाओ आजा 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 500 रुपये जनाब आरफ का मान सम्मान है साढ़े स्टेज के उपरों जनाब ए नईम उल हसन साहब उन्होंने वालों मिले है मेहरबानी शुक्रिया जी लो रेट के उपर फिर पावेगा काउंट कबड्डी इस समय अगे बढ़ के नौजवान तेज गड्डी है पर चढ़ गया मुदस्सर जट के हाथी चौधरी आसफ अली साहब बिला मुकाबला चेयर होया मुंडा कितों हो गया है आहा वेलडन वेलडन क्या बात है ये अंदाज वक्रे ने अंदाज वक्रे ने बाहु सुने है निखड़े रंग गुलाबा वर्गे कोई नहीं पुत पंजाबा वर्गे सौखी नहीं है खेड़ लियाकत शौक ने है नवाबा वर्गे कहिंदे नौजवान दा नाम की है जी फजल रहमान टाइगर ओए होए फजल रहमान टाइगर ठीक है मुंडे उठो चल गया आओ गए जी पॉइंट रेडो दा जी एक बारी जिन्होंने कबड्डी ना प्यार है ताड़ी मारो सही वाल ना प्यार वाले ताड़ी मार दे चोरी आसर साहब वास्ते ते अपना साडे असी एसएचओ लिया के खिलाड़ ने उन्होंने वर्दी पाई होवे लो जी इधर फिर अली भाई रेड के ऊपर सही वाल दी धरती नो अली भाई कबड्डी मारे है अली भाई आओ गया लिया जी भाई अली भाई कौन पाएगा कबड्डी के लिए आरफ सियाल कौडी आज दी खेड़ नहीं बेली आओए ये तो मुड कदीम दी खेड़ हैगी लोग खेड़ ने सिर दी ताज नाले धरती पा कदीम दी खेड़ हैगी बिलाल जोड़ी चेयरमैन साहब और टेरी दे चूना पाओ यार चूना पाओ थोड़ी मेहरबानी सॉरी आसफ साहब मेनू लगता सबका प्लेयर रहे उन्होंने चूना ने पाओ जनाब बड़ी गल है ਕਈ ਮਹਿਮਾਨ ਹੁੰਦੇ ਆ ਕੌਡੀ ਦੇ ਕਹਿਣਾ ਵਹਿੰਦੇ ਹੀ ਨਹੀਂ ਕੌਡੀ ਵਾਲਾ ਕਿ ਜੋ ਮਰਜ਼ੀ ਹੋਵੇ ਸਾਨੂੰ ਕਹਣਾ ਲੇਕਿਨ ਕਬੱਡੀ ਨਾਲ ਪਿਆਰ ਕਰਨ ਵਾਲੇ ਸਾਡੇ ਵੀਰ ਜੀ ਕੌਡੀ ਨਾਲ ਪਿਆਰ ਹੈ ਸਾਨੂੰ ਕੌਰੇ ਕਿਸ ਜ਼ਮਾਨੇ ਤੋਂ ਕੌਡੀ ਸਾਨੂੰ ਦਾਨ ਹੋਈ ਹੈ ਯਾਰੋ ਖੇਡ ਖਜ਼ਾਨੇ ਜੋ ਕਮਾਲ ਨਾ ਤੱਤੀ ਵਾਹ ਵੀ ਲੱਗੇ ਇਹਦੇ ਕਿਸੇ ਖਿਡਾਰੀ ਨੂੰ ਇਹੋ ਨਿੱਤ ਦਵਾਵਾ ਮੰਗਾ ਮੈਂ ਹਸਨੈਨ ਦੇ ਨਾਮੇ ਤੋਂ ਪਠਾਨ ਹਾਏ ਹਾਏ ਮਜੀਆ ਪਠਾਨਾ ਜੀਆ ਆ ਜਾ ਪਠਾਨਾ ਇਧਰ ਇਧਰ ਆ ਤੂੰ ਆਪਣੇ ਘਰਾਂ ਹੀ ਲੈਣੇ ਨੇ ਪੈਸੇ ਜਿੰਨੇ ਮਰਜ਼ੀ ਲੈ लो जी रेड के उपर फिर कौन है नौजवान आबद पल्ला हाफस सागर साहब क्या बात है बैठा खुशियां मनाते हो मुंडे हल्की जी मुस्कान चेहरे के उत्ते कोई गल नहीं बाधे घाटे हो जाते हैं आरफ सियाल फिर पावेगा कबड्डी आरफ सियाल चौरी आसफ साहब अंजम पाम वाले
ਉਹਨਾਂ ਨੇ ਜਿਹੜਾ ਐਲਾਨ ਕੀਤਾ ਸੀ ਪਿਛਲੇ ਸਾਲ ਬਜ ਦਾ ਉਹਨਾਂ ਨੇ 1.5 ਲੱਖ ਰੁਪਈਆ ਉਹ ਕੀਮਤ ਦੇ ਦਿੱਤੀ ਹੈ ਇੰਤਜ਼ਾਮੀਆ ਕਮੇਟੀ ਨੂੰ ਜਿਹਨੇ ਤਾੜੀ ਨਾ ਮਾਰੀ ਖੌੜੀ ਨਾ ਪਿਆਰ ਨਹੀਂ ਤਾੜੀ ਆਸਫ ਸਾਹਿਬ ਵਾਸਤੇ ਤਾੜੀਆਂ ਮਾਰ ਦਿਓ 1.5 ਲੱਖ ਰੁਪਈਆ ਦਿੱਤਾ ਹੈ 1.60 ਲੱਖ ਲਿਖ ਲਿਆ ਜੇ 10 ਮਿੰਟ ਹਾਂਜੀ 1.60 ਲੱਖ ਜੀ ਉਧਰ ਜੀ ਆਵੇ ਬਾਈ ਟਾਂਗਾ ਘੋੜਾ ਜੋੜਤੇ ਬਗੈਰ ਸਾਜਾ ਤੋਂ ਮੁੰਡਾ ਅਰਫਾਨ ਕੋਸ਼ਿਸ਼ ਕਰਦਾ ਹੈ ਮੁੰਡਾ ਬਾਹਰ ਕੱਢਣ ਦੀ ਪਰ ਅਲੀ ਬਿਲਕੁਲ ਏਦਾਂ ਨਪੇਟਿਆ ਜੱਟਾਂ ਦੇ ਪੁੱਤ ਨੇ ਖਾਦ ਦੀ ਬੋਰੀ ਫੜੀ ਹੁੰਦੀ ਹੈ ਚੌਧਰੀ ਆਸਫ ਸਾਹਿਬ ਤਵੱਜੋ ਕਰਦੀ ਹੈ ਤੁਹਾਨੂੰ ਵੀ ਵੇਲਾ ਲੰਘਿਆ ਯਾਦ ਆਉਂਦਾ ਹੈ ਪਰ ਲੰਘੇ ਵੇਲੇ ਨੂੰ ਘੋੜੇ ਨਹੀਂ ਲੜਦੇ ਰੁੱਖਾ ਲੋਣਾ ਜੋ ਵੀ ਸਰਦਾ ਬਿੱਲੂ ਪਹਿਲਵਾਨ ਅੱਜ ਫਿਰ ਇੱਕ ਵਾਰੀ ਬੋਸਕੀ ਦੀ ਕਮੀਜ਼ ਚਿੱਟੀ ਸਲਵਾਰ ਰੇਡਾਂ ਦੇ ਨਾਲ ਰੇਡਰਾਂ ਦੇ ਨਾਲ ਪੂਰੀ ਮੁਹੱਬਤ ਕਰਦੇ ਹੋਏ ਰੇਡਰ ਫਜ਼ਲ ਰਹਿਮਾਨ ਟਾਈਗਰ ਫਜ਼ਲ ਅਲੀ ਬਾਈ ਇੱਧਰ ਆਏ ਜੀ ਅਲੀ ਬਾਈ ਜਿਹੜਾ ਨਿਕਲ ਕੇ ਆਏ ਇੱਧਰ ਆਓ ਜੀ ਅਲੀ ਬਾਈ ਨੱਠੋ ਜੀ ਹੋਇਆ ਬੰਦੇ ਪਿੱਛੋਂ ਮਾਣ ਜਵਾਨੀ ਦਾ ਜਵਾਨਾਂ ਦੀ ਕਦਰ ਜਵਾਨ ਕਰਦੇ ਨੇ ਔਰ ਨਾਲ ਹੀ ਸਾਡੇ 555 ਨਸਵਾਰ ਵਾਲੇ ਹਾਜੀ ਸ਼ੌਕਤ ਖਾਨ ਪਠਾਨ ਸਾਹਿਬ 5000 ਰੁਪਈਆ ਮੇਰੀ ਹੌਸਲਾ ਅਫਜ਼ਾਈ ਕੀਤੀ ਹੈ ਸ਼ੁਕਰੀਆ ਮਿਹਰਬਾਨੀ ਆਉਂਦੇ ਹਰ ਬਾਤ ਨਾ ਮੇਰੇ ਕੋਲ ਤੂੰ ਜਦੇ ਮੈਂ ਕਿੱਦਾਂ ਬਹੁਤ ਜ਼ਿਆਦਾ ਮੁੰਡਾ ਲੈ ਕੇ ਪੁਆਇੰਟ ਬਿਲਕੁਲ ਭੰਬੀਰੀ ਦੇ ਵਾਂਗੂ ਜਾਂਦਾ ਹੋਇਆ ਹੁਣ ਚੜ੍ਹਦੇ ਭਾਵੇਂ ਲੈਂਦਲੇ ਦੇ ਅਸਲ ਵਿੱਚ ਤੇ ਪੁੱਤ ਪੰਜਾਬ ਦੇ ਨੇ ਇਹ ਤਾਂ ਉੱਤਰ ਦੇ ਵਿੱਚ ਮੈਦਾਨ ਗੱਭਰੂ ਜਿੱਦਾਂ ਅੱਥਰੇ ਪਾਣੀ ਚਨਾਬ ਦੇ ਨੇ ਸਿਰ ਤੋਂ ਲੈ ਉਹ ਛੀਵੇਂ ਨੂੰ ਰਹਿਣ ਦੇ ਜਿੱਦਾਂ ਮਰਜ਼ੀ ਮਿਹਰਬਾਨੀ ਚੌਧਰੀ ਸ਼ੌਕਤ ਜੱਟ ਸਾਹਿਬ 500 ਰੁਪਈਏ ਦਾ ਹੌਸਲਾ ਅਫਜ਼ਾਈ ਮੇਰੀ ਕਰ ਰਹੇ ਨੇ ਸ਼ੁਕਰੀਆ ਮਿਹਰਬਾਨੀ ਲਓ ਜੀ ਆਬਦ ਪੱਲਾ ਉਸਮਾਨ ਸੁਨਿਆਰਾ ਪੱਲਾ ਸੁਨਿਆਰਾ ਤੇ ਪੱਲੇ ਦਾ ਮੁਕਾਬਲਾ ਗਰਾਊਂਡ ਦੇ ਵਿੱਚ ਆਇਆ ਹੈ ਪੱਲਾ ਕਹਿੰਦਾ ਤੂੰ ਲੰਘ ਜਾ ਸਾਡੀ ਖੈਰ ਆ ਓਏ ਮੇਰਾ ਪੇੜਾ ਤੁਰ ਜਾ ਚਲੋ 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 ਕੋਈ ਗੱਲ ਨਹੀਂ ਕੋਈ ਨਹੀਂ ਓਏ ਜੱਫੀ ਲਵਾਓ ਜੀ ਆਪਣਾ ਜੱਫੀ ਲਓ ਓਏ ਪਿੰਡ ਵਾਲੇ ਮੁੜ ਜਾਓ ਯਾਰ ਸਤਾਸੀ ਵਾਲੇ ਓਏ ਆਪਣਾ ਬੰਦੇ ਆ ਗਏ ਯਾਰ ਹੋਣੇ ਕੀ ਕਰਦੇ ਨੇ ਸ਼ਾਹ ਸਾਹਿਬ ਵਿੱਚ ਜਾਓ ਸਾਰੀ ਸਾਰੀ ਨਾ ਇਹਨਾਂ ਦੇ ਨਾਲ ਹੰਡੇ ਅੱਡੀ ਮਾਰ ਕੇ ਧਰਤੀ ਹਿਲਾਉਣ ਵਾਲੇ ਮੁਜ਼ੰਮਲ ਮੁਨਸ਼ੀ ਚੌਧਰੀ ਆਸਫ ਸਾਹਿਬ ਨੇ ਟੂਰਨਾਮੈਂਟ ਕਮੇਟੀ ਨੂੰ 1.5 ਲੱਖ ਰੁਪਈਆ ਦਿੱਤਾ ਹੈ 1.5 ਲੱਖ ਜੀ ਮਿਹਰਬਾਨੀ ਜਨਾਬ ਚੌਧਰੀ ਆਸਫ ਸਾਹਿਬ ਅੰਜਮ ਪਾਮ ਵਾਲੇ ਉਮੀਦਵਾਰ ਬਣਾਏ ਚੇਅਰਮੈਨ ਜ਼ਿਲ੍ਹਾਈ ਚੇਅਰਮੈਨ ਜ਼ਿਲ੍ਹਾ ਸਾਹੀਵਾਲ ਰੇਡ ਦੇ ਉੱਪਰ ਨੌਜਵਾਨ ਜਾ ਰਿਹਾ ਜੀ ਚਲੋ ਜੀ ਯਾਰ ਥੱਲੇ ਬਹਿ ਜਾਓ ਭਾਈ ਮੁਹੰਮਦ ਸ਼ਫੀਕ ਚਿਸ਼ਤੀ ਦਾ ਲਾਇਆ ਹੋਇਆ ਮੇਲਾ ਚੌਕਾ ਜੱਟ ਸਾਹਿਬ ਉਹ ਮੁੰਡਾ ਜਾ ਜੋ ਵਾਹ ਜੀ ਵਾਹ ਕਿਆ ਬਾਤ ਹੈ ਅੱਛੀ ਗੱਲ ਜੀ ਆਰਫ ਸਿਆਲ ਕੋਟੀ ਦੇ ਉੱਪਰ ਨੌਜਵਾਨ ਇੱਕ ਬੰਨੇ ਬਲਾਲ ਚੌੜਾ ਵਿੱਚ ਮੁਦੱਸਰ ਗੁੱਜਰ ਅਲੀ ਚੌੜਾ ਔਰ ਨਾਲ ਹੀ ਮੈਂ ਵੇਖ ਰਿਹਾ ਚੌਥੇ ਨੰਬਰ ਤੇ ਫਜ਼ਲ ਰਹਿਮਾਨ ਟਾਈਗਰ ਲਓ ਜੀ ਬਲਾਲ ਚੌੜਾ ਲੱਗਾ ਆਰਫ ਸਿਆਲ ਫਿਰ ਸਾਹਮਣਾ ਹੋਇਆ ਪੱਪੂ ਜਨਾਬ ਸਾਡੇ ਉਸਤਾਦ ਪੰਜਾਬ ਪੁਲਿਸ ਦਾ ਤਲਕ ਹੈ ਜੀ ਅਲੀ ਲੱਗਣ ਪਿੱਛੇ ਜਾਪੀ ਨਾਲ ਲਾ ਕੇ ਦੇ ਉਸਮਾਨ ਸੁਨਿਆਰਾ ਪਿੰਡ ਦਾ ਕਪਤਾਨ ਹੈ ਤਾੜੀ ਮਾਰਦੇ ਕਰੀ ਮੁੰਡੇ ਵਾਸਤੇ ਉਹ ਤਾੜੀਆਂ ਮਾਰੋ ਸਤਾਸੀ ਵਾਲਿਓ ਕਿੱਥੇ ਗਿਆ ਮੁਨਸ਼ੀ ਲਓ ਜੀ ਕਬੱਡੀ ਪੈ ਰਹੀ ਹੈ ਇਸ ਟਾਈਮ ਬਿੱਲੂ ਪਹਿਲਵਾਨ ਸਾਡੇ ਵੀਰ ਕਬੱਡੀ ਦਾ ਨਜ਼ਾਰਾ ਮਾਣਦੇ ਹੋਏ ਤੁਹਾਡੀ ਮਿਹਰਬਾਨੀ ਜਨਾਬ ਲਓ ਜੀ ਕਬੱਡੀ ਟਾਪੀ ਨਾਲ ਜਾ ਕੇ ਇੰਜ ਚਪਟ ਲਾਵੇ ਜਿਵੇਂ ਚਪਟਦਾ ਸ਼ੇਰ ਸ਼ਿਕਾਰ ਉੱਤੇ ਆਫਤ ਸਾਗਰ ਪਠਾਨ ਲੱਗਿਆ ਜੀ ਲੇਕਰ ਦੇਖਾਂਗੇ ਪਠਾਨ ਦੇ ਬੱਚੇ ਕੋਲੋਂ ਨਿਕਲਣਾ ਬੜਾ ਮੁਸ਼ਕਲ ਹੈ ਉਹ ਜਾਂਦਾ ਹੀ ਨੌਜਵਾਨ ਉੱਥੇ ਉਹ ਬਸ ਚਲੋ ਜੱਫੀ ਪੈ ਉਹਨੇ ਅਗਰ ਕੋਈ ਗੱਲ ਨਹੀਂ ਈਦ ਪੜ੍ਹ ਕੇ ਨਹੀਂ ਮਿਲਿਆ ਅੱਜ ਹੀ ਮਿਲਣਾ ਆਰਫ ਸਿਆਲ ਦੂਰੋਂ ਫੜਨ ਦੀ ਕੋਸ਼ਿਸ਼ ਕੀਤੀ ਮੁੰਡੇ ਨੇ ਅਲੀ ਜੋੜੇ ਨੇ ਆਰਫ ਸਿਆਲ ਅਲੀ ਜੋੜਾ ਅਲੀ ਜੋੜਾ
आरफ सियाल बड़ा अच्छा मुकाबला होया जितने या हारने तू वेखी आ की करने साडे दिल विच कौडी रहिंदी है असी कौडी दा दम भरने शायर इकबाल जट साहिब शफीक चिश्ती शौकत जट महमूद आलम लो जी उधर आबद पल्ला ते फिर रवाती हरीफ ए सनियारा सनियारा ते पल्ला उस्मान सनियारा आबद पल्ला बस बस पिछी रहना पिछी रहना ये नहीं बड़ी चलो जी जिंदाबाद इधर फिल्म वाले इंज करया कर परानु की लबड़े सर जी साइड दे साडी छत्ता तो वीर कबड्डी दा मैच देख रहे ने आओ मैं पठान पठान ओ तेरे सदके भाई पठान पठान ते मुजफ्फर मुर्शी खादम खान पठान कोई गल नहीं अगले साल बड़ी अच्छी अपना विरसा भलवानी है ता बचना कबड्डी पा रहे फिर नौजवान पिछला पॉइंट लैंड कामयाब होया आरफ सियाल बड़िया सोहनिया रेडा करता है गबरू अमीन सगले का शगिर्द है कबड्डी फिर जी इधर वापस सागर अभी टच नहीं हुआ वैसे ही भजन डे है अरफान अरफान क्या बात है मुंडा बहुत सोहनिया कबड्डियां पाँदा है फिर बिल्कुल अली के शरीर वर्गा घबरू जाता हुआ रेड के उपर कौटी खेड है उन्होंने बहादुर की जिन्हें खादिया घ्यो से चूरिया ने टीका ला के जिन्होंने दुध पीते जिन्हें किले से बनिया बूरिया ने गबरू दा और लगे मुदस्सर संधु मुदस्सर जट आबद पल्ला मुदस्सर आबद पल्ला लख रुपए लावा पर है जेडे 130 देने उतना ही फरा दियो लो जी महमूद आलम साहब उस्ताद अमीन थाने कठे कर दे उस्ताद अमीन आरिफ सियाल बिल्लू पहलवान जवानों के उपो नोटा दिया बरसाता करते हुए बारिश करते हुए जवानों ने लो जी कबड्डी फिर गबरू की देखने वाली है हाँ जी जिनेश साहब पठान हाँ जी जोड़ा बरादरान टाइगर आरफ सियाल और टाइगर का मुकाबला सस्ता जी आओ गया आरफ सियाल सीधा कारोबार बाईपास सहायता होटल के कोल सीधा जनाब सतासी दे विच आया राणा शफीक साहब अच्छी आवाज मुहैया करने से शुक्रिया लोगों के कन पाण से मेरे मैनू वक्त पे है पर कोई गल नहीं संग बह गया रेडर का ना जी इधर कबड्डी पावेगा नौजवान मुदस्सर संधु के नाल टक्कर हो रही है नौजवान एक पॉइंट होर चीज़ा वाली वक्त जोड़ना होया
थले बजो बिच किन्ने आवे प्लेयर इधर आ गए पिछाड़ जो पिछाड़ जो पिछाड़ जो पॉइंट दसो जी मैं बुजुर्ग किधर गया आओ देखो जी मुंडे का जप्पा करन दा अंदाज जप्पी मनमन मुंशी का ना है मनमन मुंशी तगड़ा जप्पा ला के पॉइंट अपनी टीम के हिस्से दे जोड़िया चीचा बदली का एक पॉइंट होर वधिया है लो जी साईवाल वालों फिर कबड्डी पा रहा है चीचा बदली वालों फिर कबड्डी पा रहा नौजवान अली पॉइंट दसो जी पॉइंट एक बारी दस दौ फिर पता लगता रहे नाल नाल कभी कभी ना दस दया करो ये आओ देख कुछा फड़िया ने मुंडे ने कहते मुंडे का ना अरपान हाँ जी कच्चा हाथ लगा सी पर अली ने इतनी मनी अरसल का छोटा भी है अली सोनी कबड्डिया पाता है उच्चे त्रियंत्र की तरफी है गबरू की बहुत सोनी कबड्डिया पा के पॉइंट अपनी टीम के खाते में जोड़ दिता है रेडर राजा खालस साहब नहीं बोल असल साहब तवजो करनी है आरफ सियाल कबड्डी पा रहा है मुंडा दूरों लगा जी आहा पर एक नहीं बनी गई गुजरती मुंडा आरफ सियाल पॉइंट लैंड विच कामयाब होया जी एक अंक का होर वादा किया है बिल्लू पहलवान मुकाबला हेलो ये तू पहला केड़े आए ने कोई भी आया ये तू पहला दोनों टीमों का कोई भी नहीं आया ए आओ देखो जी गबरू का नाम है जी खादम खान पठान ਪਈਆ ਹੁਣ ਸਭ ਦਾ ਹੀ ਚਿਸ਼ਤੀ ਇੱਧਰ ਜਾਈ ਚਿਸ਼ਤੀ ਇੱਧਰ ਜਾਈ ਹੋਵੇ ਹੋਵੇ ਇੱਕ ਦੂਸਰੇ ਨੂੰ ਵੇਖਦੇ ਨੇ ਮੁੰਡੇ ਡੰਡੇ ਵਾਲਿਆ ਜਾਈ ਹੋਵੇ ਵਿਚਲੇ ਮੁੰਡੇ ਨੂੰ ਅਲੀ ਤੇ ਸਾਗਰ ਆਪਸ ਸਾਗਰ ਅਲੀ ਅਲੀ ਸਾਗਰ ਸਾਗਰ ਅਲੀ ਅਲੀ ਸਾਗਰ ਸਾਗਰ ਅਲੀ ਅਲੀ ਕਦਮ ਰੱਖਦੇ ਨੇ ਬਾਈ ਦੁਮਾਨੇ ਮੈਨੂੰ ਲੱਗਦਾ ਹੈ ਅਲੀ ਤੇ ਸਾਗਰ ਸਾਗਰ ਤੇ ਅਲੀ ਹੋਏ 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 ਅਲੀ ਤੇ ਸਾਗਰ हर खिलाड़ी के प्यार करने वाले साडे वीर साडे मोहब्बत करने वाले लो जी उधर रेडर पिछला आरफ सियाल पॉइंट लैंड कामयाब होया एक अंक का वादा किया है रेडर कौन पावेगा रेड इस वे छोटी गड्डी है बड़िया सोहनिया कबड्डिया पाइया ने मुंडे ने एक पासे सब तो लंबा नौजवान एक पासे सब तो छोटी गड्डी वो तेरे साथ सारा मारदा गबरू अजे तक कोई जफा नहीं होया अतराज आ रहा ने कि इन्हू कहीं नहीं स्टेज से सद्या और चौधरी करियाना सूर वाले देर ने नाम उधर दूर हुई ਡੰਡਾ ਦੇ ਜ਼ੋਰ ਤੇ ਜਾਣ ਜਿੱਤੇ ਇੱਜ਼ਤ ਹੱਥੀ ਨਹੀਂ ਕਰੀ ਸੀ ਆਏ ਹਾਏ ਵੱਡਾ ਜੱਪਾ ਕੀਤਾ ਹੈ ਇੱਧਰ ਕਹਿੰਦੇ ਨੌਜਵਾਨ ਦਾ ਨਾਮ ਮੁਜ਼ੰਮਲ ਮੁਨਸ਼ੀ ਧੱਕਾ ਮਾਰ ਕੇ ਬਾਰੋ ਬਾਰ ਜਾਣ ਦਿੱਤਾ ਹੈ ਉਹਨੇ ਆਖਿਆ ਤੈਨੂੰ ਮੈਂ ਪਾਕ ਬਦਲ ਚੌਕ ਵੱਲੋਂ ਕਰਨਾ ਹੈ ਬਾਰੋ ਬਾਰ ਬਾਈਪਾਸ ਵੱਲੋਂ ਨਹੀਂ ਜਾਣ ਦੇਣਾ 15 ਦਸੰਬਰ ਦੀ ਰਾਤ ਅੱਜ ਬੜੀ ਖੂਬਸੂਰਤ ਰਾਤ ਹੈ ਜੀ ਜਿੱਥੇ ਮਾਮਾ ਦੇ ਪੁੱਤਰ ਸੋਹਣੇ ਬਲੀ ਪੁੱਤਰ ਅੱਜ ਆਪਣੀ ਖੇਡ ਪੇਸ਼ ਕਰ ਰਹੇ ਨੇ ਜੀ ਆਓ ਸੀਰ ਗੁਜਰ ਗਿਆ ਜੀ ਮਾਂ ਗੁਜਰ कोई जप्पा नहीं अल्लाह की जात सलामत रखी इन्होंने जवानों को इस नौजवान भी कोई जप्पा नहीं बड़े सोहने कबड्डियां पाई ने जवानों ने
खिलाड़ियों ने बड़ा अच्छा परफॉर्म किया है, लेकिन मेरा संघ बुरे कदरा बह गया, मैंने समझ नहीं लग रही, गला बंद होया है, लेकिन कोशिश की जा रही है कि मुदस्सर कहना कि मैं इन फड़ा मुदस्सर जट जी पॉइंट रेटर का होया जी चीचा बदली का पॉइंट 36-38 उधर पठान उधर मुजफ्फरपुर सी के साथ टक्कर हुआ है, पठान का टक्कर हुई है वो सबके जाइए उधर पठान की जिंदाबाद 100 नुस्वार की कुड़ी हो गई है 555 नुस्वार वाले आओ ला गई 37-39 साढ़े फेरे करी जादू करने वाले साढ़े को खूबसूरत आज भी परफॉर्म करेंगे पर इधर हो रहे की हो रहा सानू भी पता है आरफ सियाल गया जी कबड्डी के उपर आरफ सियाल वापस जा रहा है फड़िया तो बड़ा है पर मुंडा निकलिया भी बड़ा है 38-40 बिल्कुल आखिरी लम्हात ते कबड्डी गई हुई है आखिरी लम्हे ते कबड्डी गई 38-40 का चलता है मुकाबला अगर मुजम्मल मुंशी कुछ भी हो गए तो गल बन सकता हो जाए 38-40 87-41 हाँ जी शेर शबीर साहब तुहानू जी उत्थे खिलार के अपना 1000 भी मरवा लिया है जी कबड्डी पावेगा नौजवान जी फिर एक बारी चौधरी आसफ साहब बड़ी मेहरबानी अंजब बाप वाले चौधरी आसफ साहब कैंची दे आई लत ਉਹ ਗੁੱਜਰ 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 ਕੋਸ਼ਿਸ਼ ਕਰ ਨਿਕਲਦੀ ਪਰ ਮੁਦੱਸਰ ਮੁਦੱਸਰ ਜੱਟ ਤੇ ਭੀਮਾ ਗੁੱਜਰ ਪੁਆਇੰਟ ਜਾਪੀ ਰਹੀ ਅਲੀ ਕਰਵਾਨ ਦਾ ਇਸ਼ਾਰਾ ਕਿ ਪੁਆਇੰਟ 87 ਨੂੰ ਮਿਲਿਆ 87 ਦੀ ਟੀਮ ਦਾ ਇੱਕ ਪੁਆਇੰਟ ਹੋਰ ਵਧਿਆ ਜੀ गड्डी कोल पहुंचो जी मानी भाई जितने भी है यार किन्ना वो नाम है वली सन साउंड सिस्टम राणा शबीक वली सन साउंड सिस्टम राणा शबीक जी कबड्डी फिर जी ए वसीम गुज्जर डबल टच का इशारा पॉइंट हनी परवान ने रेडर को दिया जी उस्मान सियारे ने कोशिश की थी लेकिन डबल टच का इशारा चौधरी करियाना वाले ठीक है ठीक है आखिरी लास्ट कबड्डी जी मैच का आखिरी Thank you.
ਨਾਲ ਮੁਨਸ਼ੀ ਅਲੀ ਭਾਈ ਆਇਆ ਲਓ ਜੀ ਉਹਨਾਂ ਕਿਹਾ ਆਬਦ ਪੱਲਾ ਅਲੀ ਘੱਲ ਸਕਦਾ ਹਾਂਜੀ ਅਲੀ ਤੇ ਫਰਾਲਾ ਜੀ ਉਹਨਾਂ ਕਿਹਾ ਉਹਨਾਂ ਵੀ ਅਲੀ ਘੱਲਿਆ ਅਸੀਂ ਵੀ ਅਲੀ ਘੱਲਣਾ ਆਬਦ ਮੈਂ ਫਿਰ ਕੀ ਨਲਕਾ ਲਾਉਣ ਆਇਆ ਮੈਨੂੰ ਪਿੱਛੇ ਕੀਤਾ ਆਏ ਵੱਡੀ ਟਰਾਫੀ ਮੈਨੂੰ ਦੇ ਰਿਹਾ ਜੀ ਸ਼ਗਿਰਦ ਵੀ ਹੈ ਜਨਾਬ ਮੁਹੰਮਦ ਸ਼ਫੀਕ ਚਿਸ਼ਤੀ ਦਾ ਇਹਨਾਂ ਦਾ ਪੇਂਡੂ ਮੁੰਡਾ ਉਹ ਕੀ ਯਾਰ ਇੱਧਰ ਮੈਨੂੰ ਵੀ ਵੇਖਣ ਦਿਓ ਇਹ ਜਾਂਦੀ ਕਿੱਧਰੇ ਟਰਾਫੀ ਮੇਰੇ ਕੋਈ ਟਰਾਫੀ ਖੱਡੀ ਜਿਵੇਂ ਸਫੈਦਾ ਪੁੱਟ ਲਿਆਂਦਾ ਵੱਡੀ ਲੱਗੋ ਥੱਲੇ ਦੇ ਕਰੋ ਮੂੰਹ ਦੇਖੀ ਦਿਸਣ ਦਿਓ ਆਹ ਥੱਲੇ ਰੱਖ ਦਿਓ ਪਿੱਛੇ ਖਾਨ ਸਾਹਿਬ ਕੋਲ ਉਤਰੇ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਜਾਣਾ ਕਿੱਧਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਾਂਜੀ क्या बात है तालियां मार दे तालियां फोटोग्राफर इधर आओ जी भाई जन तस्वीर बनाओ जी चौधरी आसफ अली साहब मैं फिर हाँ जी हाँ जी चौधरी आसफ अली साहब पंजम फार्म वाले उम्मीदवार बनाए जिला ही चेयरमैन जनाब चौधरी मोहम्मद आसफ अली साहब शुक्रिया मेहरबानी मैं अकेले किसी का लैके भजे हाँ जी फिर से हाँ जी चिश्ती भैया मेरे पैरल वेख हाँ जी सॉरी असल यार अपने घर मेहरबानी अज का कबड्डी मेला अपने दम से पाकिस्तान बहुत मेहरबानी बहुत शुक्रिया बड़ा कैमरा है 82,000 वाला हूँ चमकारा पिया राय जी ठीक है हूँ थोड़े मेहरबानी शुक्रिया जल्दी आ जाओ जी जल्दी दोनों टीम पहुंचो जी फुला तितलियां वाशनामा दे मौसम बड़ा याद आउंदे ने चावां दे मौसम जिथे वेखो वैर वला मुकदे वी ने अतावां दे मौसम ਬਰਾਇ ਮਿਹਰਬਾਨੀ ਦੋਨੇ ਟੀਮਾਂ ਕੇ ਮਿੱਟੀ ਉੱਤੇ ਲੇਟਣਾ ਜਾ ਕੇ ਘਰ ਨੂੰ ਮੁੜਨਾ ਥੱਕ ਥਕਾ ਕੇ 12 ਡੇਣੀ ਦੀ ਬਾਜ਼ੀ ਲਾ ਕੇ ਲੜ ਪੈਂਦੇ ਸਾ ਹਰਨ ਤੇ ਆ ਕੇ ਕਰ ਹਾਂ ਚੇਤਾ ਇਦਾਂ ਹੀ ਸੀ ਸੁਰਤ ਸੰਭਾਲੀ ਬੋਤੇ ਵਾਏ ਮੱਥੇ ਉੱਤੇ ਕੁੰਡਲ ਪਾਏ ਉਲਟੇ ਪੁਲਟਾ ਕੌੜੀਆਂ ਲੱਗਣ ਸਿਆਣੀਆਂ ਮੱਤਾਂ